ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤਰਨ ਸਿੰਘ ਤੇ ਤੁਸੀਂ ਦੇਖ ਰਹੇ ਹੋ ਫਿਲਮੀਪੀਡੀਆ ਸਿਰਫ ਫੋਰਐਵਰ ਮੀਡੀਆ ਤੇ। ਕੈਰੀ ਔਨ ਜੱਟਾ। ਜੀ ਹਾਂ, 5 ਸਾਲ ਦੀ ਵੇਟਿੰਗ ਤੋਂ ਬਾਅਦ ਇੱਕ ਵਾਰ ਫਿਰ ਗਿੱਪੀ ਗਰੇਵਾਲ ਆਪਣੀ ਹਿੱਟ ਮੂਵੀ ਦਾ ਸੀਕੁਅਲ ਲੈ ਕੇ ਆ ਰਹੇ ਨੇ, ਜੋ ਕਿ 1 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ, ਕੈਰੀ ਔਨ ਜੱਟਾ 2। ਅਤੇ ਆਡੀਅੰਸ ਨੂੰ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ, ਕਿਉਂਕਿ ਕੈਰੀ ਔਨ ਜੱਟਾ 1 ਦੀ ਕਾਮੇਡੀ ਨੇ ਸਾਰਿਆਂ ਦੇ ਟਿੱਡੀ ਪੀੜਾ ਪਾ ਦਿੱਤੀਆਂ ਸੀ। ਅਤੇ ਆਡੀਅੰਸ ਨੂੰ ਉਮੀਦ ਹੈ ਕਿ ਕੈਰੀ ਔਨ ਜੱਟਾ 2 ਵੀ ਉਹਨਾਂ ਨੂੰ ਭਰਪੂਰ ਐਂਟਰਟੇਨ ਕਰੇਗੀ। ਸਟਾਰਕਾਸਟ ਦੀ ਗੱਲ ਕਰੀਏ ਤਾਂ ਕੈਰੀ ਔਨ ਜੱਟਾ 2 ਦੇ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਬੀਨੂ ਢਿੱਲੋਂ ਇੱਕ ਵਾਰ ਫਿਰ ਤੁਹਾਨੂੰ ਐਂਟਰਟੇਨ ਕਰਨ ਦੇ ਲਈ ਤਿਆਰ ਨੇ। ਇਸ ਤੋਂ ਇਲਾਵਾ ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਉਪਾਸਨਾ ਸਿੰਘ, ਮਤਲਬ ਕਿ ਪੰਜਾਬੀ ਇੰਡਸਟਰੀ ਦੀ ਕਾਮੇਡੀ ਦੇ ਵੱਡੇ ਨਾਮ ਤੁਹਾਨੂੰ ਕੈਰੀ ਔਨ ਜੱਟਾ 1 ਵਾਂਗੂ 2 ਚ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੇ ਨਾਲ ਮੇਨ ਲੀਡ ਚ ਮਾਹੀ ਗਿੱਲ ਦੀ ਜਗ੍ਹਾ ਸੋਨਮ ਬਾਜਵਾ ਨੇ, ਯਾਨੀ ਕਿ ਮੰਜੇ ਬਿਸਤਰੇ ਦੀ ਸੁਪਰਹਿਟ ਜੋੜੀ ਨਜ਼ਰ ਆਏਗੀ। ਤੇ ਬਿਨੂ ਢਿੱਲੋਂ ਦੇ ਨਾਲ ਪ੍ਰੀਤੋ ਸ਼ੌਨੀ ਦੀ ਜਗ੍ਹਾ ਜੋਤੀ ਸੇਠੀ ਨਜ਼ਰ ਆਏਗੀ। ਉਹਨਾਂ ਦੇ ਨਾਲ ਨਿਰਮਲ ਰਿਸ਼ੀ, ਹੌਬੀ ਧਾਲੀਵਾਲ ਤੇ ਹਾਰਵੀ ਸੰਘਾ ਵੀ ਕੈਰੀ ਔਨ ਜੱਟਾ 2 ਦੇ ਵਿੱਚ ਨਜ਼ਰ ਆਉਣਗੇ। ਫਿਲਮ ਦੇ ਕਨਸੈਪਟ ਦੀ ਗੱਲ ਕਰੀਏ ਤਾਂ ਇਸ ਵਾਰ ਫਿਰ ਸਾਰੀ ਕਨਫਿਊਜ਼ਨ ਵਿਆਹ ਨੂੰ ਲੈ ਕੇ ਹੋਣ ਵਾਲੀ ਹੈ, ਪਰ ਇਸ ਵਾਰ ਦੀ ਕਨਫਿਊਜ਼ਨ ਗਿੱਪੀ ਤੇ ਘੁੱਗੀ ਦੇ ਵਿਆਹ ਦੇ ਵਿੱਚ ਨਹੀਂ, ਬਲਕਿ ਗਿੱਪੀ ਤੇ ਬੀਨੂ ਦੇ ਵਿਆਹ ਦੇ ਵਿੱਚ ਹੋਣ ਵਾਲੀ ਹੈ। ਫਿਲਮ ਦੇ ਇੱਕ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਇਸ ਫਿਲਮ ਦੇ ਵਿੱਚ ਵੀ ਪਿਛਲੀ ਫਿਲਮ ਵਾਂਗੂ ਘੋੜੀ ਦਾ ਬਹੁਤ ਅਹਿਮ ਰੋਲ ਹੈ। ਇੱਕ ਵਾਰ ਫਿਰ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਕਾਮੇਡੀ ਫਿਲਮ ਦੇ ਮਾਸਟਰ ਡਾਇਰੈਕਟਰ ਸਮੀਪ ਕੰਗ, ਤੇ ਇੱਕ ਵਾਰ ਫਿਰ ਕੈਰੀ ਔਨ ਜੱਟਾ 2 ਨੂੰ ਲਿਖਿਆ ਹੈ ਨਰੇਸ਼ ਕਥੂਰੀਆ ਜੀ ਨੇ, ਜਿਨ੍ਹਾਂ ਨੇ ਪਹਿਲਾਂ ਵੀ ਕਈ ਕਾਮੇਡੀ ਹਿੱਟ ਮੂਵੀਜ਼ ਲਿਖੀਆਂ ਨੇ। ਕੈਰੀ ਔਨ ਜੱਟਾ 1 ਐਂਡ 2 ਚ ਜੇ ਫਰਕ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਫਰਕ ਸਿਨੇਮੈਟੋਗ੍ਰਾਫੀ ਲੈਵਲ ਦਾ ਹੈ, ਜੋ ਕਿ ਪੰਜਾਬੀ ਸਿਨੇਮਾ ਦੇ ਵੱਧਦੇ ਪੱਧਰ ਦੇ ਨਾਲ ਬਹੁਤ ਖੂਬਸੂਰਤ ਹੋ ਗਿਆ। ਤੇ ਹੁਣ 1 ਜੂਨ ਨੂੰ ਇਹ ਮੂਵੀ ਆਪਣੀ ਪਹਿਲੀ ਮੂਵੀ ਵਾਂਗ ਲੋਕਾਂ ਦੇ ਦਿਲਾਂ 'ਚ ਕਿੰਨੀ ਕੁ ਵੱਜਦੀ ਹੈ ਇਹਦਾ ਟਾਈਮ ਹੀ ਦੱਸੇਗਾ। ਅਸੀਂ ਫੋਰਐਵਰ ਮੀਡੀਆ ਵੱਲੋਂ ਕੈਰੀ ਔਨ ਜੱਟਾ 2 ਦੀ ਸਾਰੀ ਟੀਮ ਨੂੰ ਬੈਸਟ ਵਿਸ਼ਿਸ ਦਿੰਦੇ ਹਾਂ। ਪੰਜਾਬੀ ਇੰਡਸਟਰੀ ਦੇ ਲੇਟੈਸਟ ਅਪਡੇਟਸ ਲਈ ਤੁਸੀਂ ਕਨੈਕਟਡ ਰਹੋ ਫੋਰਐਵਰ ਮੀਡੀਆ ਦੇ ਨਾਲ। ਥੈਂਕ ਯੂ ਸੋ ਮੱਚ।